ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸੀਨੀਅਰ ਅਕਾਲੀ ਨੇਤਾ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਪਾਰਟੀ ਨੇ ਟਿਕਟ ਦਿੱਤੀ ਹੈ। ਹਾਲਾਂਕਿ ਕਾਫੀ ਦਿਨਾਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਪਾਰਟੀ ਕਿਸ ਨੇਤਾ ਨੂੰ ਲੁਧਿਆਣਾ ਲੋਕ ਸਭਾ ਤੋਂ ਟਿਕਟ ਦਿੰਦੀ ਹੈ। ਇਸ ਨੂੰ ਲੈ ਕੇ ਸੀਨੀਅਰ ਪਾਰਟੀ ਨੇਤਾ ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੇ ਨਾਮਾਂ ਦੀ ਵੀ ਚਰਚਾ ਹੋਈ ਸੀ, ਪਰ ਪਾਰਟੀ ਨੇ ਗਰੇਵਾਲ ਤੇ ਭਰੋਸਾ ਪ੍ਰਗਟ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਗਰੇਵਾਲ ਰਾਜ ਵਿੱਚ ਅਕਾਲੀ ਸਰਕਾਰ ਦੌਰਾਨ ਮੰਤਰੀ ਵੀ ਰਹੇ ਨੇ। ਦੇਖੋ, ਇਹ ਜੋ ਇਲੈਕਸ਼ਨ ਹੋ ਰਹੀ ਹੈ ਪਾਰਲੀਮੈਂਟ ਕੀ, ਇਹ ਬਹੁਤ ਇੰਪੋਰਟੈਂਟ ਹੈ ਦੇਸ਼ ਕੇ ਲੀਏ, ਕਿਉਂਕਿ ਦੇਸ਼ ਕੀ ਜੋ ਸੁਰੱਖਿਆ ਹੈ, ਦੇਸ਼ ਕੀ ਜੋ ਇੰਟੈਗਰਿਟੀ ਔਰ ਯੂਨਿਟੀ ਹੈ, ਇਸ ਪਰ ਜੋ ਹਮਲੇ ਹੋ ਰਹੇ ਹੈ ਆਪਣੇ ਗੁਆਂਢੀ ਦੇਸ਼ ਸੇ, ਔਰ ਜੋ 5 ਸਾਲ ਮੇਂ ਮੋਦੀ ਸਰਕਾਰ ਨੇ ਪਾਕਿਸਤਾਨ ਕਾ ਮੂੰਹ ਤੋੜਵਾਂ ਜਵਾਬ ਦਿਆ ਹੈ, ਔਰ ਜੋ ਵਿਰੋਧੀ ਪਾਰਟੀ ਪ੍ਰਾਪਤੀਆਂ ਪਰ ਕੁਐਸਚਨ ਕਰ ਰਹੀ ਹੈ, ਉਹ ਮੁੱਦੇ ਹੋਣਗੇ ਇਲੈਕਸ਼ਨ ਮੇਂ, ਔਰ ਪੰਜਾਬ ਮੇਂ ਵਿਸ਼ੇਸ਼ ਤੌਰ ਪਰ ਪੰਜਾਬ ਕੀ ਅਮਨ ਸ਼ਾਂਤੀ, ਪੰਜਾਬ ਮੇਂ ਆਪਸੀ ਭਾਈਚਾਰਾ, ਪੰਜਾਬ ਮੇਂ ਹਮ ਚਾਹਤੇ ਹੈ ਕਿ ਜੋ ਵੀ ਲੋਕ ਰਹਿਤੇ ਹੈ, ਵਹ ਚਾਹੇ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਕ੍ਰਿਸਚਨ ਹੈ, ਵੋ ਸਭ ਇੱਕ ਬ੍ਰਦਰਹੁੱਡ ਕੀ ਤਰ੍ਹਾਂ, ਭਾਈਚਾਰੇ ਕੀ ਤਰ੍ਹਾਂ ਰਹੇ, ਤਾਂ ਕਿ ਪੰਜਾਬ ਮੇਂ ਜਬ ਅਮਨ ਸ਼ਾਂਤੀ ਹੋਗੀ ਤੋ ਦੇਸ਼ ਵਿਕਾਸ ਕਰੇਗਾ। ਲੁਧਿਆਣਾ ਕੇ ਲੁਧਿਆਣਾ ਮੇਂ ਬਿੱਟੂ ਨੇ ਕੁਛ ਵੀ ਨਹੀਂ ਕੀਆ, ਲੁਧਿਆਣਾ ਕੇ ਲੀਏ ਹਮ ਵਿਸ਼ੇਸ਼ ਪੈਕੇਜ ਲਿਆਏਂਗੇ, ਇੰਡਸਟਰੀਅਲ ਟਾਊਨ ਹੈ, ਇੰਡਸਟਰੀ ਕੀ ਬਾਤ ਕਰੇਂਗੇ, ਕਿਸਾਨੀ ਕੀ ਬਾਤ ਕਰੇਂਗੇ, ਯੂਥ ਕੀ ਬਾਤ ਕਰੇਂਗੇ, ਵਪਾਰੀ ਕੀ ਬਾਤ ਕਰੇਂਗੇ, ਹਰ ਵਰਗ ਕੋ ਸਾਥ ਲੈ ਕੇ ਉਨਕਾ ਵਿਸ਼ਵਾਸ ਜਿੱਤੇਂਗੇ ਔਰ ਉਨਕੀ ਆਵਾਜ਼ ਉਠਾਏਂਗੇ ਔਰ ਉਨਕੇ ਲੀਏ ਜੋ ਵੀ ਗਵਰਨਮੈਂਟ ਆਫ ਇੰਡੀਆ ਸੇ ਲਾ ਸਕਤੇ ਹੈ ਵੋ ਲਾਏਂਗੇ। ਯੇ ਤੋ ਇਟਸ ਰਾਈਟਿੰਗ ਔਨ ਵਾਲ, ਅਪੋਜੀਸ਼ਨ ਯੂਨਿਟੀ ਨਹੀਂ ਕਰ ਸਕੀ, ਵੋ ਸਰਕਾਰ ਕਹਾਂ ਸੇ ਬਣਾ ਲੇਗੀ, 23 ਪਾਰਟੀ ਲੜੀ ਥੀ, ਅਬ 3 ਰਹਿ ਗਈ, ਤੋ ਕੋਈ ਸਰਕਾਰ ਬਣਾ ਸਕੇਂਗੇ। ਨੈਗੇਟਿਵ ਯੂਨਿਟੀ ਨਹੀਂ ਕਭੀ ਹੋਤੀ, ਪੋਜ਼ਿਟਿਵ ਅਪਰੋਚ ਹਮੇਸ਼ਾ ਲਾਈਫ ਮੇਂ ਪੇ ਕਰਤੀ ਹੈ। NDA ਕੀ ਸਰਕਾਰ ਬਣੇਗੀ ਕਿ ਔਰ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਹੋਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।